कोई दवा भी नाम ऐसा भी आ रहा है जहां वो देश की फौज के सब तो उच्चे अहुदे ते विराजमान रहे जनरल जे जे सिंह हुण एक नवी सियासी जमीन तलाशन दे विच कामयाब होए ने। इस तो पहला 2017 दे विच उन्होंने चोन लड़ी सी और हुण श्रोमणी अकाली दल टकसाली दे विच शामिल हो गए हैं। जनरल साहब 2017 दे विच तुहानू वड्डा मौका दिता गया, तुहानू टिकट नाल नवाजा गया, पटियाला दे विच वड्डी सीट तो लड़ाया गया, उसके बावजूद तुसीं उन्हां नूं तिलांजलि दे के इधर शामिल हो रहे हो, उहदा की कारण है? मुख्य कारण पहली गल ते है तुसीं क्या वड्डा मौका दिता, वड्डा शान ਤਾਂ ਵੱਡਾ ਕੁਝ ਵੱਡਾ ਧੋਖਾ ਵੀ ਦਿੱਤਾ ਨਾ, ਉਹ ਵੀ ਕਹਿ ਦਿਓ ਵੱਡਾ ਕਿਵੇਂ ਕਿਵੇਂ ਤੁਸੀਂ ਸਪਸ਼ਟ ਕਰੋ ਕਿਵੇਂ ਕੀ। ਅਕਾਲੀ ਦਲ ਦੇ 20-25 ਹਜ਼ਾਰ ਵੋਟ ਉਹ ਕਿੱਥੇ ਗਏ ਯਾਰ? ਮੈਂ ਤੇ ਉਹਨਾਂ ਨੂੰ ਲੈ ਕੇ ਚੱਲ ਰਿਹਾ ਸੀ ਕਿ ਕੋਈ 25 ਹਜ਼ਾਰ ਲਏਗਾ ਫਿਰ ਮੇਰੇ ਬਰਾਬਰ ਆਏਗਾ। 12 ਹਜ਼ਾਰ ਤੇ ਮੇਰੇ ਆਪਣੇ ਰੁਤਬੇ ਨਾਲ ਮਿਲਿਆ, ਮੇਰੇ ਆਪਣੇ ਕਰਿਸ਼ਮੇ ਨਾਲ ਮਿਲਿਆ, ਮੇਰੇ ਗਲੀਆਂ ਕੂਚਿਆਂ ਜਾ ਕੇ ਲੋਕਾਂ ਨੂੰ ਮਿਲ ਕੇ ਡੋਰ ਟੂ ਡੋਰ ਕੀਤਾ, ਉਹਦੇ ਨਾਲ ਮਿਲਿਆ। ਇਹਨਾਂ ਨੇ ਕੀ ਕੀਤਾ ਤੇ ਮੈਂ ਕਿਹਾ ਜੀ ਸੌਰੀ। ਔਰ ਇਹਨਾਂ ਨੇ ਜਿਹੜੇ ਪੋਲ ਆਪਣੇ ਕੱਜ ਕੇ ਰੱਖੇ ਸੀ ਨਾ ਉਹ ਹੁਣ ਖੁੱਲਦੇ ਪਏ, ਸਾਰੇ ਹਲੇ ਵੀ ਨਹੀਂ ਖੁੱਲੇ ਤੇ ਮੈਨੂੰ ਨਹੀਂ ਪਤਾ ਸੀ। ਨਹੀਂ ਇੱਕ ਪਾਰਟੀ ਤੁਹਾਨੂੰ ਲੈ ਕੇ ਆਉਂਦੀ ਨੇ ਬੜੇ ਸ਼ਾਨ ਮੇਰੀ ਗੱਲ ਆ ਜਿਹੜੀ ਹੁਣ ਪਾਰਟੀ ਟਕਸਾਲੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਮੀਨਸ ਜੈਨੂਅਨ ਅਕਾਲੀ ਹੈ, ਇਹ ਅਕਾਲੀ ਦੇ ਕੰਸਟੀਟਿਊਸ਼ਨ ਬਿਲੀਵ ਕਰਦੇ ਸੈਕੂਲਰ ਹੈਗਾ ਤੇ ਮੈਨੂੰ ਉਹੀ ਲੱਗਦਾ ਕਿ ਮੈਂ ਉਸ ਵੇਲੇ ਇਸ ਵੇਲੇ ਇਹ ਠੀਕ ਹੈ ਨਹੀਂ। ਅਗਰ ਇਹ ਵੀ ਅਕਾਲੀ ਉਦੋਂ ਵੀ ਇਹ ਅਕਾਲੀ ਸੀ, ਇਹ ਪਾਰਟੀ ਦੇ ਵਿੱਚ ਸ਼ਾਮਿਲ ਸੀ, ਉਹ ਅਕਾਲੀ ਜਿਹੜੇ ਸਪਲਿਟ ਹੋਏ ਨੇ ਤੇ ਹੁਣ ਕੀ ਫਰਕ ਪੈ ਗਿਆ? ਫਰਕ ਇਹ ਹੈ ਇਹਨਾਂ ਨੇ ਵੀ ਇਹਨਾਂ ਦੇ ਮੈਨੂੰ ਤੇ ਪੰਜਾਬੀ ਦੇ ਵਰਡਸ ਚੰਗੇ ਆਉਂਦੇ ਨੇ, ਮੇਰੀ ਅਕਲ ਦੀ ਤਾਰ ਤਾਂ ਨਿਕਲੀ ਸੀ, ਇਹਨਾਂ ਦੀ ਵੀ ਹੁਣ ਨਿਕਲੀ ਹੈ ਤਾਂ ਇਹ ਕਹਿੰਦੇ ਅਸੀਂ ਕਿਤੇ ਫਸ ਗਿਆ ਨਿਕਲੇ ਦੇਰ ਆਏ ਦਰੁਸਤ ਆਏ। ਦੇਖੋ ਇਨਸਾਨ ਹਮੇਸ਼ਾ ਸੋਚਦਾ ਹੈ ਔਰ ਉਹਨਾਂ ਨੇ ਫੈਸਲਾ ਕੀਤਾ, ਮੈਂ ਇਹਨਾਂ ਦੇ ਵਾਸਤੇ ਨਹੀਂ ਕਹਿ ਸਕਦਾ, ਮੈਂ ਆਪਣਾ ਫੈਸਲਾ ਕਰ ਰਿਹਾ। ਨਹੀਂ ਜਨਰਲ ਸਾਹਿਬ ਤੁਸੀਂ ਬੜਾ ਸਪਸ਼ਟ ਕੀਤਾ ਇੱਥੇ ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਤੁਸੀਂ ਪਟਿਆਲੇ ਦੇ ਜੰਮਪਲ ਹੋ, ਪਟਿਆਲੇ ਦੇ ਵਿੱਚ ਤੁਸੀਂ ਉੱਥੇ ਤੁਹਾਡਾ ਬਚਪਨ ਬੀਤਿਆ ਔਰ ਉਸ ਤੋਂ ਬਾਅਦ ਵੀ ਤੁਹਾਨੂੰ ਐਡੀ ਵੱਡੀ ਹਾਰ ਮਿਲੀ, ਸਾਰਾ ਜਿਹੜਾ ਤੁਸੀਂ ਠੀਕਰਾ ਵਾ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਮੜ ਰਹੇ ਹੋ। ਦੇਖੋ ਜੀ ਮੈਂ ਕਹਿੰਦਾ ਕਿ ਮੈਂ ਪੂਰੀ ਤਿਆਰੀ ਨਹੀਂ ਕੀਤੀ ਸੀ, ਖੋਜ ਨਹੀਂ ਕੀਤੀ, ਮੇਰੇ ਕੋਲ ਲੁਕੀ ਰਹੀ, ਇਹਨਾਂ ਬੜੇ ਬੜੇ ਲੋਕਾਂ ਦਾ ਉਲੂ ਬਣਾਤਾ, ਮੈਂ ਤਾਂ ਕੁਝ ਨਹੀਂ ਸੀਗਾ, ਤਾਂ ਇਸ ਕਰਕੇ ਮੈਂ ਕਬੂਲ ਕਰਦਾ। ਪਰ ਗੱਲ ਸੁਣੋ, ਹੁਣ ਲਾਸਟ ਵਰਡ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਵੀ ਆਪਣਾ ਮਨ ਠਾਣ ਲਿਆ ਯਾਰ ਜੇ ਜੇ ਤੂੰ ਕੋਈ ਬਾਜੀ ਹਾਰਿਆ ਨਹੀਂ। ਉਹ ਕਹਿੰਦਾ ਮੇਰਾ ਨਾਂ ਪਤਾ ਕੀ ਹੈ ਜਿਹੜੀ ਗੇਮ ਖੇਡਦੇ ਨਾ ਗੋਲਫ ਸ਼ਾਟ, ਕਹਿੰਦਾ ਲੰਬੀ ਰੇਸ ਦਾ ਘੋੜਾ ਹੈ, ਤੁਸੀਂ ਸੋਚਦੇ ਖਤਮ ਹੋ ਗਈ ਸੀ ਗੇਮ, ਮੈਂ ਹੱਥ ਖੜੇ ਕਰਦਾ ਪੈਰ ਗਿੱਟੇ ਟਿਕ ਨਹੀਂ, ਉਹ ਤਾਂ ਟ੍ਰੇਲਰ ਸੀਗਾ, ਪਿਕਚਰ ਹੁਣ ਸ਼ੁਰੂ ਹੋਈ। ਅੱਛਾ ਨਹੀਂ ਜਨਰਲ ਸਾਹਿਬ ਆਖਰੀ ਸਵਾਲ, ਜਨਰਲ ਸਾਹਿਬ ਆਖਰੀ ਸਵਾਲ, ਜਿਹੜੀ ਹੁਣ ਇਹ ਪਿਕਚਰ ਆ ਉਹ ਕਿੱਥੇ ਜਾ ਕੇ ਅਗਲੇ ਸੀਨ ਜਿਹੜੇ ਫਿਲਮਾਏ ਜਾਣਗੇ? ਖਡੂਰ ਸਾਹਿਬ ਲੜੋਗੇ ਜਾਂ ਕਿੱਥੋਂ ਇਲੈਕਸ਼ਨ ਲੜੋਗੇ? ਦੇਖੋ ਜੀ ਮੈਂ ਗਿਆ ਪਟਿਆਲੇ ਉਹਦਾ ਹੱਥ ਫੜਨ ਵਾਸਤੇ, ਬਾਂਹ ਨੂੰ ਮਜ਼ਬੂਤ ਕਰਨ ਵਾਸਤੇ, ਕਹਿੰਦੇ ਜਨਰਲ ਸਾਹਿਬ ਪਟਿਆਲੇ ਤੋਂ ਲੜ ਰਹੇ, ਪਤਾ ਨਹੀਂ ਮੇਰੇ ਨਾਲ ਕਿਸ ਤਰ੍ਹਾਂ ਜੁੜ ਜਾਂਦੀਆਂ ਚੀਜ਼ਾਂ। ਮੈਂ ਹੁਣ ਫਿਰੋਜ਼ਪੁਰ ਦਾ ਨਾਂ ਲਿਆ ਕਿ ਬਈ ਮੈਨੂੰ ਅਗਰ ਮੌਕਾ ਮਿਲਿਆ, ਉੱਥੇ ਕਾਲਜ ਪੜਿਆ, ਮੈਂ ਕਾਲਜ ਜਾ ਕੇ ਮਿਲਿਆ ਪ੍ਰਿੰਸੀਪਲ ਨੂੰ, ਫਿਰ ਐਜ਼ ਅ ਗਵਰਨਰ ਮੈਨੂੰ ਬੁਲਾਇਆ ਕਨਵੋਕੇਸ਼ਨ ਕਰਨ ਵਾਸਤੇ, ਫਿਰ ਲੋਕ ਕਹਿੰਦੇ ਫਿਰੋਜ਼ਪੁਰ ਤੋਂ ਲੜ ਰਹੇ, ਜੇ ਮੇਰਾ ਲੱਗ ਗਿਆ ਤੇ ਕਾਂਗਰਸ ਵਾਲੇ ਵਰਕਰ ਪ੍ਰਿੰਕਾ ਗਾਂਧੀ ਕੋਲ ਲਿਆਓ, ਪ੍ਰਿੰਕਾ ਤੁਸੀਂ ਪੜਿਆ ਨਾ, ਮੈਂ ਤਾਂ ਨਹੀਂ ਬੋਲਿਆ, ਤੇ ਮੇਰੇ ਨਾਲ ਪਤਾ ਨਹੀਂ ਕਿਉਂ ਜੁੜੇ ਹੁੰਦੇ ਸਾਰੇ। ਹੁਣ ਤੁਸੀਂ ਸੋਚਦੇ ਹੋ ਕਿ ਕਿੱਥੋਂ ਲੜੇਗਾ, ਹੁਣ ਇਹ ਤੇ ਇੱਕ ਚੀਜ਼ ਹੈ, ਸਭ ਕੁਝ ਸੀਕ੍ਰੇਟ ਰੱਖੋ। ਤੁਸੀਂ ਇਸ ਹੱਕ ਦੇ ਵਿੱਚ ਹੋ ਕਿ ਡੈਮੋਕ੍ਰੈਟਿਕ ਅਲਾਈਅੰਸ ਜਿਹੜਾ ਵਾ ਉਹ ਤੀਜਾ ਧਿਰ ਜਿਹੜਾ ਬਣ ਕੇ ਉੱਪਰ, ਓਨਲੀ ਆਪਸ਼ਨ, ਇਟ ਇਜ਼ ਦੀ ਓਨਲੀ ਆਪਸ਼ਨ ਫੋਰ ਪੀਪਲ ਆਫ ਪੰਜਾਬ, ਜੇ ਪੰਜਾਬ ਨੂੰ ਬਚਾਉਣਾ ਹੈ ਇਸ ਦਾ ਓਨਲੀ ਆਪਸ਼ਨ। ਐਂਡ ਇਹ ਜਿਹੜਾ ਹੁਣ ਲੱਗਦਾ ਕਿ ਇੱਧਰ ਉੱਧਰ ਸਾਰੇ ਇਕੱਠੇ, ਮੁੱਦਾ ਇਹ ਕੀ ਹੈ ਕਿ ਇਹ ਪਰਿਵਾਰਾਂ ਨੂੰ ਹਟਾਓ, ਜੇ ਧੜੇ ਬਣੇ ਇਹਨੂੰ ਹਟਾਓ, ਪੰਜਾਬ ਦੇ ਫਿਊਚਰ ਵਾਸਤੇ ਸੋਚੋ। ਇਹ ਸਨ ਜਨਰਲ ਜੀ ਜੇ ਸਿੰਘ ਔਰ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਪੰਜਾਬ ਦੇ ਕੋਲ ਇੱਕ ਆਪਸ਼ਨ ਹੈ ਜਿਹੜਾ ਕਿ ਤੀਸਰਾ ਫਰੰਟ ਤਿਆਰ ਹੋਵੇ ਡੈਮੋਕ੍ਰੈਟਿਕ ਅਲਾਇੰਸ, ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਟਕਸਾਲੀ ਦੇ ਵਿੱਚ ਸ਼ਾਮਿਲ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਉਸ ਦੇ ਬਾਰੇ ਸਪਸ਼ਟ ਕੀਤਾ ਕਿ ਪਹਿਲਾਂ ਉਹਨਾਂ ਨੂੰ ਧੋਖੇ ਦੇ ਨਾਲ ਲਿਆਂਦਾ ਗਿਆ ਸੀ, ਹਾਲਾਂਕਿ ਬਹੁਤ ਵੱਡਾ ਮੌਕਾ ਉਹਨਾਂ ਨੂੰ ਦਿੱਤਾ ਗਿਆ ਸੀਗਾ, ਟਿਕਟ ਨਾਲ ਨਵਾਜਿਆ ਗਿਆ ਸੀ, ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਉੱਥੇ ਉਹਨਾਂ ਨੂੰ ਵੋਟਾਂ ਮਿਲੀਆਂ ਸਿਰਫ ਉਹਨਾਂ ਦੇ ਆਪਣੇ ਅਸਰ ਰਸੂਖ ਨਾਲ ਮਿਲੀਆਂ ਸਨ, ਔਰ ਉਹ ਜਿਹੜੀ ਹਾਰ ਸੀ ਉਸਦਾ ਪੂਰਾ ਠੀਕਰਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਅੱਜ ਵੀ ਬਣਦੇ ਨਜ਼ਰ ਪਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਜਰਨਲਿਸਟ ਵਿਸ਼ਾਲ ਸ਼ਰਮਾ ਦੇ ਨਾਲ ਰਾਜੇਸ਼ ਗਿੱਲ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।